ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ। ਅੱਜ ਦੀ ਵੀਡੀਓ ਸਿਰਫ ਵੇਲਾਂ ਵਾਲਿਆਂ ਬਾਰੇ ਆ। ਦੇਖੋ, ਇਹ ਛੋਟੀ ਜਿਹੀ ਵੇਲ ਆ ਆੜ ਦੇ ਕੋਲ, ਜਿਹਨੂੰ ਕਿ ਦੋ ਤਿੰਨ ਤਰ੍ਹਾਂ ਲੱਗੀਆਂ ਹੋਈਆਂ ਆ। ਬਿਲਕੁਲ 10-12 ਪੱਤਿਆਂ ਦੀ ਵੇਲ ਆ, ਅਤੇ ਫੁੱਲ ਵੀ ਦੇਖੋ ਕਿਸ ਤਰ੍ਹਾਂ ਫੁੱਲ ਵੀ ਲੱਗੇ ਹੋਏ ਆ ਤਰ੍ਹਾਂ ਦੇ, ਜਿਵੇਂ ਤੁਸੀਂ ਦੇਖ ਰਹੇ ਆ। ਇਸੇ ਤਰ੍ਹਾਂ ਇਹ ਹਲਵਾ ਕੱਦੂ ਆ, ਇਹ ਵੀ ਆੜ ਦੇ ਬਿਲਕੁਲ ਕੰਢੇ ਤੇ ਆ। ਦੇਖੋ, ਇਹ ਦੇਖੋ ਕਿਸ ਤਰ੍ਹਾਂ ਪੂਰੀ ਤਰ੍ਹਾਂ ਨਾਲ ਫਲ ਵਿਕਸਿਤ ਹੋ ਚੁੱਕਾ ਆ, ਔਰ ਇਹ ਵੀ ਬਹੁਤੀ ਵੱਡੀ ਵੇਲ ਨਹੀਂ ਹੈਗੀ, ਪਰੰਤੂ ਆਹ ਦੇਖੋ ਫਲ ਨਾਲ ਭਰੀ ਪਈ ਆ। 4-5 ਹਲਵਾ ਕੱਦੂ ਤੁਰੇ ਹੋਏ ਆ ਔਰ ਸਿਰੇ ਚੜ੍ਹਨ ਵੱਲ ਨੂੰ ਜਾ ਰਹੇ ਆ। ਇਸ ਵਿੱਚ ਕੋਈ ਅਜਿਹੀ ਗੱਲ ਨਹੀਂ ਹੈਗੀ ਕਿ ਫਲ ਲੱਗਾ, ਫੁੱਲ ਲੱਗਾ ਔਰ ਸੁੱਕ ਗਿਆ। ਇਹ ਠੰਡੇ ਥਾਂ ਤੇ ਵੇਲਾ ਆ। ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਕਿ ਹੁਣ ਸਮਾਂ ਵੀ ਆ ਚੁੱਕਾ ਆ। ਇਹ ਸਧਾਰਨ ਵੇਲਾ ਆ, ਕੋਈ ਆੜ ਊੜ ਦੇ ਕੰਢੇ ਨਹੀਂ ਹੈਗੀਆਂ। ਦੇਖੋ ਜਿਹੜੀਆਂ ਤੁਸੀਂ ਦੇਖ ਰਹੇ ਆ, ਇਹ ਦੇਖੋ ਕਿਸ ਤਰ੍ਹਾਂ ਦੇ ਕੱਦੂ ਲੱਗੇ ਹੋਏ ਆ। ਕੱਦੂ ਵੱਡਾਂ, ਇਹ ਸਭ ਜੋ ਆਖਰੀ ਆਪਣੇ ਸਮੇਂ ਤੇ ਆ ਗਏ ਆ ਨਾ, ਹੁਣ ਇਹ ਦੇਖੋ 4-5 ਹੋਰ ਤੁਰੇ ਹੋਏ ਆ। ਇਸੇ ਤਰ੍ਹਾਂ ਮੈਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਿਹਾ ਕਿ ਹੁਣ ਤੁਹਾਡੇ ਵੀ ਜਿਹੜੀ ਵੀ ਕਿਸਮ ਦੀ ਕਿਸੇ ਵੀ ਵੇਲ ਆ, ਚਾਹੇ ਵੱਡਾਂ ਕੱਦੂ ਕਰੇਲੇ ਵੇਲਾਂ ਵਾਲੀ ਹਰੇਕ ਕਿਸਮ ਨੂੰ ਫਲ ਲੱਗਣ ਦਾ ਜਿਹੜਾ ਸਮਾਂ ਆ ਉਹ ਆ ਗਿਆ ਆ ਤੇ ਤੈਅ ਹੋ ਚੁੱਕਾ ਆ। ਹੁਣ ਨਹੀਂ ਇਹ ਗੱਲ ਹੋਣੀ ਚਾਹੀਦੀ ਕਿ ਤੁਹਾਡੇ ਫੁੱਲ ਲੱਗਦਾ ਆ, ਫਲ ਲੱਗਦਾ ਆ ਤੇ ਸੜ ਜਾਂਦਾ ਆ। ਪਰੰਤੂ ਜੇ ਫਿਰ ਵੀ ਅਜਿਹਾ ਹੁੰਦਾ ਆ ਤਾਂ ਮੈਂ ਤੁਹਾਡੇ ਨਾਲ ਇੱਕ ਫਾਰਮੂਲਾ ਸ਼ੇਅਰ ਕਰਨ ਲੱਗਾ ਆ, ਧਿਆਨ ਨਾਲ ਦੇਖੋ। ਹਾਂਜੀ, ਵੈਸੇ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੁਣ ਫਲ ਲੱਗਣਾ ਹੀ ਚਾਹੀਦਾ ਆ, ਔਰ ਟਾਈਮ ਆ ਗਿਆ ਆ, ਰੁੱਤ ਆ ਗਈ ਆ, ਔਰ ਫਲ ਹਰ ਹਾਲਤ ਵਿੱਚ ਕਿਸੇ ਵੀ ਵੇਲ ਨੂੰ, ਚਾਹੇ ਉਹ ਕੱਦੂ ਦੀ ਕਿਸੇ ਵੀ ਵੇਲ ਨੂੰ ਲੱਗਣਾ ਹੀ ਚਾਹੀਦਾ। ਜੇ ਨਹੀਂ ਲੱਗਦਾ ਤਾਂ ਆਹ ਤੁਹਾਨੂੰ ਮੈਂ ਇੱਕ ਵੇਲ ਦਿਖਾ ਰਿਹਾ, ਇਹਨੂੰ ਕੋਈ ਵੀ ਕਿਤੇ ਵੀ ਤੁਹਾਨੂੰ ਫੁੱਲ ਨਹੀਂ ਦਿਸਣਾ। ਲਓ, ਜਿਵੇਂ ਮਰਜ਼ੀ ਨਿਗਾਹ ਮਾਰ ਲਓ, ਜਿੱਧਰ ਦੀ ਮਰਜ਼ੀ, ਕਿੱਡੀ ਵੱਡੀ ਵੇਲ ਆ। ਲਓ, ਇਹ ਤੋਰੀਆਂ ਦੀ ਵੇਲ ਆ। ਆ ਲਓ, ਉੱਪਰ ਨੂੰ ਲੈ ਕੇ ਇਹ ਥੱਲੇ ਤੱਕ ਜਿੱਥੇ ਮਰਜ਼ੀ ਦੇਖ ਲਓ, ਠੀਕ ਆ। ਅਤੇ ਆਪਾਂ ਹੁਣ ਇਹਦਾ ਕਰਨਾ ਕੀ ਆ, ਇਹ ਮੈਂ ਤੁਹਾਨੂੰ ਵੇਲਾਂ ਦਾ ਆਖਰੀ ਜਿਹੜਾ ਪੜਾਅ ਆ ਉਹਦੇ ਵਿੱਚ ਇਹ ਆ ਕਿ ਜੇ ਇਸ ਮੌਸਮ 'ਤੇ ਆ ਕੇ ਵੀ ਨਹੀਂ ਫਲ ਲੱਗਦਾ, ਠੀਕ ਆ, ਅਤੇ ਆਪਾਂ ਜਿਹੜੀ ਵੇਲ ਆ, ਇਹ ਵੇਲ ਆ ਦੇਖੋ, ਇਹ ਦੋ ਤੋਰੀਆਂ ਦੀਆਂ ਵੇਲਾਂ ਇਕੱਠੀਆਂ ਇੱਥੋਂ ਸ਼ੁਰੂ ਹੁੰਦੀਆਂ, ਠੀਕ ਆ। ਆਹ ਦੇਖੋ, ਅਤੇ ਇਹਦੇ ਆਪਾਂ ਗੁੱਡ ਲੈਣਾ, ਠੀਕ ਆ। ਗੁੱਡਣ ਤੋਂ ਬਾਅਦ ਆਪਾਂ ਗੁੱਡ ਲਿਆ ਸਵਾਰ ਕੇ, ਗੁੱਡਣ ਤੋਂ ਬਾਅਦ ਇਹ ਆਪਣੇ ਕੋਲ ਗੋਬਰ ਦਾ ਦੇਸੀ ਢੇਰ ਆ, ਦੇਸੀ ਢੇਰ ਪੁਰਾਣਾ, ਕਿਉਂਕਿ ਇਸ ਵੇਲ ਨੂੰ ਕੋਈ ਫੁੱਲ ਨਹੀਂ ਹੈ। ਆ ਲਓ, ਇਸ ਢੇਰ ਨੂੰ ਆਪਾਂ ਆ ਰਲਾ ਦਿੱਤਾ, ਠੀਕ ਆ। ਆ ਲਓ, ਮਿੱਟੀ ਵਿੱਚ ਰਲਾਉਣ ਤੋਂ ਬਾਅਦ ਇਸ ਤਰ੍ਹਾਂ ਥੋੜ੍ਹਾ ਥਾਪੜ ਦੇਣਾ। ਥਾਪਣ ਤੋਂ ਬਾਅਦ ਅਗਲਾ ਜਿਹੜਾ ਆਪਾਂ ਇੱਕ ਕੰਮ ਹੋਰ ਕਰਨਾ, ਆਪਾਂ ਗਿੱਲੀ ਮਿੱਟੀ ਲੈਣੀ ਆ, ਚਾਹੇ ਉਹ ਝੋਨੇ ਵਾਲੇ ਖੇਤ ਦੀ ਹੋਵੇ ਜਿੱਥੇ ਕੱਦੂ ਕੀਤਾ ਹੁੰਦਾ, ਜਾਂ ਚੀਕਣੀ ਮਿੱਟੀ ਉੱਦਾਂ ਹੋਵੇ ਜਿਹਨਾਂ ਆਪਾਂ ਚੁੱਲ੍ਹੇ ਭੱਠੀਆਂ ਬਣਾਈ ਦੀ ਆ। ਇਹ ਦੇਖੋ, ਇਹ ਚੀਕਣੀ ਮਿੱਟੀ ਦੇ ਨਾਲ ਹੁਣ ਆਪਾਂ ਇਹਦੀ ਜੜ੍ਹ ਆ ਜਿਹੜੀ ਆ, ਜਿੱਥੋਂ ਸਟਾਰਟ ਹੁੰਦੀ ਆ ਵੇਲ, ਇਹ ਥੱਲਾ ਲਿਪ ਦੇਣਾ। ਢੇਰ ਪਾਉਣ ਤੋਂ ਬਾਅਦ ਆਹ ਦੇਖੋ,
ਆ ਦੇਖੋ ਜਿਹਨੂੰ ਦੇਹ ਚ ਆਪਾਂ ਨੇ ਢੇਰ ਪਾਇਆ ਆ ਉਹਨੂੰ ਆਪਾਂ ਮਿੱਟੀ ਨਾਲ ਲਿਪ ਕੇ ਜਿੱਦਾਂ ਚੁੱਲ੍ਹਾ ਲਿਪੀ ਦਾ ਇਸ ਤਰ੍ਹਾਂ ਆ ਲਓ ਲਿਪ ਕੇ ਆ ਲਓ ਗਿੱਲੀ ਮਿੱਟੀ ਨਾਲ ਲਿਪ ਦਿੱਤਾ ਥੱਲੇ ਢੇਰ ਪਾ ਕੇ ਗੁੱਡ ਦਿੱਤਾ ਔਰ ਜੜ੍ਹ ਦੇ ਧੁਰ ਨਜ਼ਦੀਕ ਤੱਕ ਆਹ ਦੇਖੋ ਲਿਪ ਦੇਣਾ ਆਹ ਦੇਖ ਲਓ ਫਿਰ ਆਹ ਦੇਖੋ ਠੀਕ ਹੈ ਅਤੇ ਇਹਨੂੰ ਕੱਲ੍ਹ ਤੋਂ ਬਾਅਦ ਪਾਣੀ ਨਾ ਭਰਨਾ ਅੱਜ ਵੀ ਨਹੀਂ ਭਰਨਾ ਅਤੇ ਕੱਲ੍ਹ ਵੀ ਨਹੀਂ ਭਰਨਾ ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਸ ਬੇਲ ਨੂੰ ਜੋ ਵੀ ਲੱਗੂਗਾ ਕਿਤੇ ਫੁੱਲ ਹੈ ਨਹੀਂ ਗਾ ਕੋਈ ਵੀ ਮੈਂ ਰਿਜ਼ਲਟ ਦਿਖਾਊਂਗਾ ਜੇਕਰ ਤੁਹਾਡੇ ਵੀ ਕਿਸੇ ਵੀ ਬੇਲ ਨੂੰ ਨਹੀਂ ਕੋਈ ਫੁੱਲ ਫਲ ਹਾਲੇ ਵੀ ਨਹੀਂ ਲੱਗਦਾ ਤਾਂ ਇਹ ਆਖਰੀ ਆਪਣਾ ਪੜਾਅ ਆ ਜਿਹੜਾ ਕਰਨਾ ਆ ਅਤੇ ਕਰਕੇ ਮੈਂ ਤੁਹਾਨੂੰ ਮੈਂ ਹੀ ਦਿਖਾ ਦੂੰਗਾ ਰਿਜ਼ਲਟ ਔਰ ਵੀਡੀਓ ਤੁਹਾਡੀ ਕਿਸ ਤਰ੍ਹਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਮਿਲਦੇ ਹਾਂ ਜਲਦੀ ਇਹਦੇ ਰਿਜ਼ਲਟ ਨਾਲ।